You are watching Channel Y, Channel Y, a South Asian Canadian channel. ਸਾਬਕਾ ਕ੍ਰਿਕਟਰ ਕਪਿਲ ਦੇਵ ਨੂੰ ਦਿਲ ਦਾ ਦੌਰਾ ਪਿਆ ਤੇ ਖਬਰ ਇਹ ਹੈ ਕਿ ਉਹਨਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਕਪਿਲ ਦੇਵ ਦੀ ਐਂਜੀਓਪਲਾਸਟੀ ਕੀਤੀ ਗਈ ਹੈ। ਫਿਲਹਾਲ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੋਸ਼ਲ ਮੀਡੀਆ ਤੇ ਵੀ ਕਪਿਲ ਦੇਵ ਦੀ ਸਿਹਤ ਨੂੰ ਲੈ ਕੇ ਜ਼ਬਰਦਸਤ ਚਰਚਾ ਹੋ ਰਹੀ ਹੈ। ਕ੍ਰਿਕਟ ਦੇ ਫੈਨਸ ਉਹਨਾਂ ਦੇ ਜਲਦ ਤੰਦਰੁਸਤ ਹੋਣ ਦੀ ਦੁਆ ਮੰਗ ਰਹੇ ਨੇ। ਦੱਸ ਦਈਏ ਕਿ ਇਹ ਕਪਿਲ ਦੇਵ ਹੀ ਸਨ ਜਿਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਪਹਿਲੀ ਵਾਰ ਦੁਨੀਆ ਵਿੱਚ ਆਪਣੇ ਕ੍ਰਿਕਟ ਦਾ ਡੰਕਾ ਵਜਾਇਆ ਸੀ। ਕਪਿਲ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ 1983 ਵਿੱਚ ਕ੍ਰਿਕਟ ਵਰਲਡ ਕੱਪ ਜਿੱਤਿਆ। ਕਪਿਲ ਨੇ ਆਪਣੇ ਕਰੀਅਰ ਵਿੱਚ 131 ਟੈਸਟ ਅਤੇ 225 ਵਨਡੇ ਇੰਟਰਨੈਸ਼ਨਲ ਮੈਚ ਖੇਡੇ। ਉਹਨਾਂ ਦੇ ਨਾਂ ਟੈਸਟ ਵਿੱਚ 5,248 ਰਨ ਅਤੇ 434 ਵਿਕਟਾਂ ਲੈਣ ਦਾ ਰਿਕਾਰਡ ਦਰਜ ਹੈ। ਵਨਡੇ ਇੰਟਰਨੈਸ਼ਨਲ ਵਿੱਚ ਉਹਨਾਂ ਨੇ 3,783 ਰਨ ਬਣਾਉਣ ਦੇ ਨਾਲ 253 ਵਿਕਟਾਂ ਵੀ ਝਟਕੀਆਂ ਸਨ। ਉਹਨਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੁਕਾਬਲਾ ਵੈਸਟ ਇੰਡੀਜ਼ ਖਿਲਾਫ਼ ਫਰੀਦਾਬਾਦ ਵਿੱਚ ਸਾਲ 1994 ਵਿੱਚ ਖੇਡਿਆ ਸੀ। ਇਸ ਤੋਂ ਬਾਅਦ ਕਪਿਲ ਦੇਵ ਕਈ ਮੈਚਾਂ ਵਿੱਚ ਕਮੈਂਟਰੀ ਕਰਦੇ ਵੀ ਨਜ਼ਰ ਆਏ। You are watching Channel Y, Channel Y, a South Asian Canadian channel.